ਇਹਦੇ 'ਚੋਂ ਤੁਹਾਨੂੰ ਦੀਪ ਸਿੱਧੂ ਨੇ ਕਲੀਅਰ ਕਰ ਦਿੱਤਾ ਕਿ ਮੈਂ ਇਲੈਕਸ਼ਨ ਨਹੀਂ ਲੜਨਾ, ਅਸੀਂ ਇਲੈਕਸ਼ਨ ਨਹੀਂ ਲੜਨਾ, ਭਾਈ ਸਾਹਿਬ ਐਡਵੋਕੇਟ ਨੇ ਇਹਨਾਂ ਨੇ ਨਹੀਂ ਇਲੈਕਸ਼ਨ ਲੜਨਾ, ਅਤੇ ਅਸੀਂ ਜਦੋਂ ਅਸੀਂ ਆਪਦੇ ਨਿੱਜੀ ਨੂੰ ਉੱਤੇ ਰੱਖ ਰਹੇ ਸੀ ਪੰਜਾਬ ਲਈ ਲੜ ਰਹੇ ਹਾਂ ਤਾਂ ਤੁਸੀਂ ਵੀ ਆ ਜਾਓ ਇਕੱਠੇ ਲੜਦੇ ਹਾਂ। ਦੇਵਨ ਸਾਹਿਬ ਕਿਹੜੀ ਕਿਹੜੀ ਸਿਆਸੀ ਪਾਰਟੀਆਂ ਨੇ, ਕਿਹੜੇ ਕਿਹੜੇ ਲੀਡਰ ਨੇ ਜਿਨ੍ਹਾਂ ਨਾਲ ਤੁਸੀਂ ਹੁਣ ਪਹੁੰਚ ਕਰਨੀ ਚਾਹੋਗੇ, ਜਿਨ੍ਹਾਂ ਨਾਲ ਹੁਣ ਅੱਗੇ ਜਿਹੜਾ ਮੁੱਖ ਕਰੋਗੇ? ਨਵਜੋਤ ਸਿੰਘ ਸਿੱਧੂ ਜੀ, ਸੁਖਪਾਲ ਖਹਿਰਾ ਜੀ ਐਂਡ ਬੈਂਸ ਬ੍ਰਦਰਸ ਹੋ ਗਏ, ਠੀਕ ਹੈ, ਡਾਕਟਰ ਗਾਂਧੀ ਸਾਹਿਬ ਹੋ ਗਏ, ਸੁੱਚਾ ਸਿੰਘ ਛੋਟੇਪਰ ਹੋ ਗਏ, ਪ੍ਰਗਟ ਸਿੰਘ ਹੋ ਗਏ, ਇਹਨਾਂ ਦੀ ਜਿਹੜੀ ਤਾਕਤ ਹੈ ਉਹ ਖਿੰਡੀ ਹੋਈ ਹੈ। ਅਗਰ ਇਹ ਕਿਸੇ ਇੱਕ ਜਗ੍ਹਾ 'ਤੇ ਇਕੱਠੇ ਹੋ ਜਾਂਦੇ ਨੇ ਤਾਂ ਉਹ ਪੰਜਾਬ ਖੇਤਰੀ ਪਾਰਟੀ ਦੇ ਇਹ ਮੋਹਰੀ ਲੀਡਰ ਹੋ ਸਕਦੇ ਨੇ। ਕਸ਼ਮੀਰ ਆਪਦੀ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ, ਜਦੋਂ ਉਹ ਪੀਕ ਦੇ ਉੱਤੇ ਸੀ ਤੇ ਇਹਨਾਂ ਨੇ ਕੀ ਕੀਤਾ, ਧਾਰਾ 370 ਤੋੜਤੀ, ਉਹਨਾਂ ਦਾ 25-30 ਸਾਲ ਦਾ ਸੰਘਰਸ਼ ਖਤਮ ਕਰਤਾ। ਹੁਣ ਉਹ ਵਾਪਸ 370 ਬਹਾਲ ਕਰਨ ਲਈ ਲੜ ਰਹੇ ਨੇ, ਉਹਨਾਂ ਦੀ ਆਜ਼ਾਦੀ ਦੀ ਲੜਾਈ ਦੀ ਸੇਧ ਹੀ ਚੇਂਜ ਕਰ ਦਿੱਤੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਪ੍ਰੀਤ ਸਿੰਘ ਬੱਲ, ਤੁਸੀਂ ਵੇਖ ਰਹੇ ਹੋ ਜ਼ਿੰਦਾਬਾਦ ਚੈਨਲ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਇਸ ਸਮੇਂ ਅਸੀਂ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਮੌਜੂਦ ਆ ਜੀ, ਅਤੇ ਜਿੱਥੇ ਹੁਣੇ ਹੁਣੇ ਸ਼ੰਭੂ ਮੋਰਚੇ ਦੀ ਸਾਰੀ ਟੀਮ ਜਿਹੜੀ ਸੀ, ਦੀਪ ਸਿੱਧੂ ਬਾਈ ਅਤੇ ਸਾਰਾ ਜਿਹੜਾ ਉਹਨਾਂ ਦੀ ਸਾਥੀ ਜਿਹੜੇ ਸੀਗੇ, ਉਹਨਾਂ ਨੇ ਇੱਥੇ ਹੁਣ ਕਾਨਫਰੰਸ ਕੀਤੀ ਸੀ, ਅਤੇ ਮੇਰੇ ਨਾਲ ਇਸ ਸਮੇਂ ਸਾਰੇ ਉਹਨਾਂ ਦੀ ਟੀਮ ਮੌਜੂਦ ਹੈ, ਜੋਗਾ ਸਿੰਘ ਜੀ ਨੇ, ਹਾਕਮ ਸਿੰਘ ਜੀ ਨੇ ਅਤੇ ਬਾਈ ਦੇਵਗਨ ਜੀ ਨੇ, ਸਾਰਿਆਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਦੇਵਗਨ ਸਾਹਿਬ, ਕਿਹੜੀ ਕਿਹੜੀ ਸਿਆਸੀ ਪਾਰਟੀਆਂ ਨੇ, ਕਿਹੜੇ ਕਿਹੜੇ ਲੀਡਰ ਨੇ ਜਿਨ੍ਹਾਂ ਨਾਲ ਤੁਸੀਂ ਹੁਣ ਪਹੁੰਚ ਕਰਨੀ ਚਾਹੋਗੇ, ਜਿਨ੍ਹਾਂ ਨਾਲ ਹੁਣ ਅੱਗੇ ਜਿਹੜਾ ਮੁੱਖ ਕਰੋਗੇ? ਜਦੋਂ ਅਸੀਂ ਬਹੁਤ ਸਾਰੇ ਮੈਸੇਜ ਆਏ, ਲੋਕਾਂ ਦੇ ਸੁਨੇਹੇ ਆਏ, ਤਾਂ ਬਹੁਤ ਸਾਰੇ ਉਹਨਾਂ ਵਿੱਚੋਂ ਜਿਹੜੇ ਮੈਂ ਕੋਈ 5-7 ਨਾਮ ਲੈਣਾ ਚਾਹੁੰਦਾ, ਤਾਂ ਲੋਕਾਂ ਦਾ ਇਹ ਸੁਝਾਅ ਆਇਆ, ਲੋਕਾਂ ਦਾ ਮੰਨਣਾ ਕਿ ਜੇ ਨਵਜੋਤ ਸਿੰਘ ਸਿੱਧੂ ਜੀ, ਸੁਖਪਾਲ ਖਹਿਰਾ ਜੀ ਐਂਡ ਬੈਂਸ ਬ੍ਰਦਰਸ ਹੋ ਗਏ, ਠੀਕ ਹੈ, ਡਾਕਟਰ ਗਾਂਧੀ ਸਾਹਿਬ ਹੋ ਗਏ, ਸੁੱਚਾ ਸਿੰਘ ਛੋਟੇਪਰ ਹੋ ਗਏ, ਪ੍ਰਗਟ ਸਿੰਘ ਹੋ ਗਏ, ਇਹ ਕੁਛ ਜਿਹੜੇ ਉਹ ਲੀਡਰ ਨੇ ਜਿਨ੍ਹਾਂ ਦੀ ਜਿਹੜੀ ਐਨਰਜੀ ਹੈ ਜਾਂ ਇਹਨਾਂ ਦੀ ਜਿਹੜੀ ਤਾਕਤ ਹੈ ਉਹ ਖਿੰਡੀ ਹੋਈ ਹੈ। ਅਗਰ ਇਹ ਕਿਸੇ ਇੱਕ ਜਗ੍ਹਾ 'ਤੇ ਇਕੱਠੇ ਹੋ ਜਾਂਦੇ ਨੇ ਤਾਂ ਜਿੱਦਾਂ ਇਹ ਕਹਿੰਦੇ ਵੀ ਨੇ ਕਿ ਅਸੀਂ ਪੰਜਾਬ ਹਿੱਤ ਲਈ ਸੋਚਾਂਗੇ, ਪੰਜਾਬ ਬਾਰੇ ਗੱਲ ਕਰਾਂਗੇ, ਤਾਂ ਉਹ ਪੰਜਾਬ ਖੇਤਰੀ ਪਾਰਟੀ ਦੇ ਇਹ ਮੋਹਰੀ ਲੀਡਰ ਹੋ ਸਕਦੇ ਨੇ। ਇਸ ਤੋਂ ਬਾਅਦ ਹੋਰ ਬਹੁਤ ਸਾਰੀ ਟੀਮ ਹੈਗੀ, ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਸ਼ਾਇਦ ਕਿਸੇ ਕਾਰਨ ਕਰਕੇ ਅੱਗੇ ਨਹੀਂ ਆ ਪਾਏ, ਪਰ ਉਹ ਬਹੁਤ ਇਮਾਨਦਾਰੀ ਨਾਲ ਰਾਜਸੀ ਲੜਾਈ ਵੀ ਲੜ ਸਕਦੇ ਨੇ, ਉਹਨਾਂ ਲੋਕਾਂ ਤੱਕ ਵੀ ਪਹੁੰਚ ਕੀਤੀ ਜਾ ਸਕਦੀ ਹੈ। ਪਰ ਪਹਿਲਾਂ ਸਾਡਾ ਜ਼ੋਰ ਇਹੀ ਹੈ ਕਿ ਇਹਨਾਂ ਲੋਕਾਂ ਨੂੰ ਇੱਕ ਗੱਲ ਸਮਝਾਈਏ ਕਿ ਵੀ ਤੁਸੀਂ ਆਪਦੇ ਨਿੱਜ ਛੱਡ ਕੇ ਪੰਜਾਬ ਦੀ ਹਿੱਤ ਲਈ ਲੜੀਏ, ਇਕੱਠੇ ਹੋ, ਇੱਕ ਵਾਰ ਤੁਸੀਂ ਪੰਜਾਬ ਨੂੰ ਉਹ ਜਿਹੜੇ ਲੋਕ ਇੱਥੋਂ ਦਾ ਦਰਦ ਛੱਡ ਕੇ ਬਾਹਰ ਗਏ ਨੇ, ਜਿਹੜੇ ਬਾਹਰੋਂ ਤੁਹਾਡੀ ਮਦਦ ਕਰਦੇ ਨੇ, ਹਰ ਵਾਰ ਤੁਹਾਨੂੰ ਤੁਸੀਂ ਕੋਈ ਪਾਰਟੀ ਦਾ ਉਹਨਾਂ ਨੂੰ ਸੁਪਨਾ ਦਿਖਾਉਂਦੇ ਹੋ, ਤੁਹਾਨੂੰ ਲੱਖਾਂ ਕਰੋੜਾਂ ਰੁਪਏ ਫੰਡ ਆਉਂਦਾ, ਉਹ ਲੋਕ ਦਾ ਜਿਹੜਾ ਉਹਨਾਂ ਦੇ ਮਨ 'ਚ ਦਰਦ ਆ, ਅਤੇ ਉਹਦੇ ਲਈ ਇੱਕ ਵਾਰ ਤੁਸੀਂ ਜ਼ਰੂਰ ਲੜੋ। ਸਾਡਾ ਇਸ ਸ਼ੰਭੂ ਮੋਰਚੇ ਦੀ ਟੀਮ ਦੇ ਵਿੱਚ ਇੱਕ ਫੈਸਲਾ ਹੋਇਆ ਕਿ ਅਸੀਂ ਦੋ ਧਿਰਾਂ ਖੜੀਆਂ ਕਰਾਂਗੇ, ਇੱਕ ਸਮਾਜਿਕ ਧਿਰ, ਇੱਕ ਰਾਜਸੀ ਧਿਰ। ਸਮਾਜਿਕ ਧਿਰ ਜਿਹੜੀ ਆ ਉਹ ਸਮਾਜਿਕ ਚਿੰਤਨ ਕਰੂਗੀ, ਸਮਾਜ ਦੇ ਮੁੱਦਿਆਂ ਨੂੰ ਰਾਜਸੀ ਧਿਰਾਂ ਦੇ ਕੋਲ ਲੈ ਕੇ ਜਾਏਗੀ, ਅਤੇ ਉਹਨਾਂ ਨੂੰ ਕਹੇਗੀ ਕਿ ਇਹ ਬੇਸਿਕ ਮੁੱਦੇ, ਬੇਸਿਕ ਕੰਮ ਨੇ ਜਿਹੜੇ ਤੁਸੀਂ ਕਰੋ, ਪਹਿਲ ਦੇ ਆਧਾਰ 'ਤੇ ਕਰੋ, ਚਾਹੇ ਉਹ ਪੰਜਾਬ ਦੇ ਪਾਣੀਆਂ ਦਾ ਗੱਲ ਹੈ, ਚਾਹੇ ਸਾਡੀ ਮਾਂ ਬੋਲੀ ਦਾ ਗੱਲ ਹੈ, ਚਾਹੇ ਸਾਡੇ ਵੱਧ ਅਧਿਕਾਰਾਂ ਦੇ ਗੱਲ ਆ, ਉਹਨਾਂ 'ਤੇ ਪਹਿਲਾਂ ਕਰੋ। ਜਿਹੜਾ ਬੰਦਾ ਆਪਦੇ ਨਿੱਜ ਛੱਡ ਕੇ ਸਾਡੇ ਨਾਲ ਆ ਕੇ ਖੜੇਗਾ, ਉਹਦੇ ਪਿੱਛੇ ਅਸੀਂ ਵੀ ਲੜਾਂਗੇ, ਉਹਦੇ ਪਿੱਛੇ ਅਸੀਂ ਸਾਰੇ NRI ਨੂੰ, ਸਾਰੇ ਪੰਜਾਬ ਦੀ ਜਨਤਾ ਨੂੰ ਅਪੀਲ ਕਰਾਂਗੇ ਕਿ ਵੀ ਇਹ ਬੰਦਾ ਆ ਕੇ ਸਾਡੇ ਨਾਲ ਖੜਿਆ, ਸਾਨੂੰ ਇਹਦੇ ਨਾਲ ਲੜਨਾ ਚਾਹੀਦਾ, ਇਹਦੇ ਖਿਲਾਫ ਇਹਦਾ ਸਾਥ ਦੇਣਾ ਚਾਹੀਦਾ। ਜਿਹੜਾ ਬੰਦਾ ਕਹੇਗਾ ਜੀ ਮੇਰੇ ਨਿੱਜ ਭਾਰੀ ਨੇ, ਉਹਨਾਂ ਨੂੰ ਅਸੀਂ ਬੇਨਕਾਬੀ ਕਰਾਂਗੇ, ਉਹਨਾਂ ਨੂੰ ਅਸੀਂ ਸ਼ਰਿਆਮ ਸੰਗਤ ਨੂੰ ਦੱਸਾਂਗੇ, ਲੋਕਾਂ ਨੂੰ ਦੱਸਾਂਗੇ ਵੀ ਇਹ ਬੰਦੇ ਦੇ ਆਪਦੇ ਨਿੱਜ ਬਹੁਤ ਭਾਰੀ ਨੇ, ਇਹ ਬੰਦੇ ਦੇ ਜਿਹੜੀਆਂ ਗੱਲਾਂ ਨੇ ਉਹ ਕੁਛ ਹੋਰ ਨੇ, ਪਰ ਇਹ ਉਸ ਲੈਵਲ 'ਤੇ ਖੜਦਾ ਨਹੀਂ। ਅਸੀਂ ਪਿੱਛੇ ਜੇ ਆਪਣਾ ਕਵਰੇਜ ਕੀਤੀ ਸੀਗੀ, ਜਿੱਥੇ ਮੋਰਚੇ ਲੱਗੇ ਹੋਏ ਸੀਗੇ, ਰੇਲਵੇਜ਼ 'ਤੇ ਮੋਰਚੇ ਲੱਗੇ ਹੋਏ ਸੀਗੇ, ਉੱਥੇ ਗਏ ਸੀ, ਇੱਕ ਪੰਜਾਬੀ ਐਕਟਰ ਸੀਗੇ ਜਿਨ੍ਹਾਂ ਨੇ ਉੱਥੇ ਦੀਪ ਬਾਈ ਨੂੰ ਕਾਫੀ ਮਤਲਬ ਕਿ ਕਿਹਾ ਸੀਗਾ ਵੀ ਤੁਹਾਡੇ ਮੀਡੀਆ ਚੈਨਲਸ ਨੇ ਜਿਹਨੇ ਦੀਪ ਨੂੰ ਇੱਕ ਬਹੁਤ ਹਾਈਟ ਦਿੱਤੀ ਹੋਈ ਆ, ਕਿਉਂ ਉਹਨਾਂ ਨੇ ਅੱਡ ਮੋਰਚਾ ਲਾਇਆ ਕਿਸਾਨ ਜਥੇਬੰਦੀਆਂ ਤੋਂ, ਕਿਉਂ ਉਹਨਾਂ ਨੇ ਅੱਡ ਹੋ ਕੇ ਲਾਇਆ, ਪਰ ਪਿੱਛੇ ਦੇਖਿਆ ਮੈਂ ਕਿ ਉਹ ਵੀ ਸ਼ੰਭੂ ਮੋਰਚੇ 'ਤੇ ਆ ਕੇ ਆਪਣਾ ਸੰਬੋਧਨ ਦੇ ਕੇ ਗਏ ਨੇ, ਉਹਨੂੰ ਕਿਵੇਂ ਦੇਖਦੇ ਹੋ? ਦੇਖੋ ਜਦੋਂ ਨਾ ਤੁਹਾਡੇ ਅੰਦਰ ਸੱਚ ਹੁੰਦਾ ਨਾ ਤੇ ਸਾਰੀ ਖਲਕਤ ਨਾਲ ਜੁੜਦੀ ਹੈ, ਠੀਕ ਹੈ। ਉਹ ਜਿਹੜੇ ਬੰਦਿਆਂ ਨੇ ਉਹਨਾਂ ਸਮਿਆਂ 'ਚ ਵਿਰੋਧ ਕੀਤਾ ਸੀ, ਅਸੀਂ ਤਾਂ 4 ਤਰੀਕ ਨੂੰ ਵੀ ਇਹ ਗੱਲ ਕਹਿ ਰਹੇ ਸੀ ਕਿ ਵੀ ਸਾਡੀ ਵੀ ਉਹ ਹੈਗਾ, ਉਹ ਬੰਦਿਆਂ ਨੂੰ ਉਸ ਟਾਈਮ ਗਲਤ ਫਹਿਮੀ ਸੀ, ਪਰ ਜਿੱਦਾਂ ਜਿੱਦਾਂ ਉਹਨਾਂ ਨੂੰ ਇਹ ਗੱਲ ਪਤਾ ਲੱਗਦਾ ਗਿਆ ਕਿ ਵੀ ਇਹ ਗੱਲ ਸੱਚੀ ਕਰਦੇ ਨੇ, ਸਹੀ ਗੱਲ ਕਰਦੇ ਨੇ, ਤਾਂ ਉਹ ਜੁੜਨੇ ਸ਼ੁਰੂ ਹੋ ਗਏ, ਅਤੇ ਉਹ ਅੱਜ ਜਦੋਂ ਜੁੜ ਰਹੇ ਨੇ, ਅੱਜ ਆ ਰਹੇ ਨੇ, ਤਾਂ ਸਾਨੂੰ ਬਹੁਤ ਖੁਸ਼ੀ ਹੈ ਸਾਰੇ ਭਰਾ ਸਾਡੇ ਇਕੱਠੇ ਹੋਣ, ਕਿਉਂਕਿ ਲੜਾਈ ਤਾਂ ਇੱਕੋ ਹੀ ਹੈ ਨਾ। ਇਹਦੇ 'ਚੋਂ ਤੁਹਾਨੂੰ ਦੀਪ ਸਿੱਧੂ ਨੇ ਕਲੀਅਰ ਕਰ ਦਿੱਤਾ ਕਿ ਮੈਂ ਇਲੈਕਸ਼ਨ ਨਹੀਂ ਲੜਨਾ, ਅਸੀਂ ਇਲੈਕਸ਼ਨ ਨਹੀਂ ਲੜਨਾ, ਭਾਈ ਸਾਹਿਬ ਐਡਵੋਕੇਟ ਨੇ ਇਹਨਾਂ ਨੇ ਨਹੀਂ ਇਲੈਕਸ਼ਨ ਲੜਨਾ, ਅਤੇ ਅਸੀਂ ਜਦੋਂ ਅਸੀਂ ਆਪਦੇ ਨਿੱਜੀ ਨੂੰ ਉੱਤੇ ਰੱਖ ਰਹੇ ਸੀ ਪੰਜਾਬ ਲਈ ਲੜ ਰਹੇ ਹਾਂ, ਤਾਂ ਤੁਸੀਂ ਵੀ ਆ ਜਾਓ ਇਕੱਠੇ ਲੜਦੇ ਹਾਂ। ਲੋਕ ਇਹ ਦੇਖ ਕੇ ਨਹੀਂ ਆਉਂਦੇ ਵੀ ਇਹਨਾਂ ਦਾ ਪੱਲੜਾ ਭਾਰੀ ਹੋ ਰਿਹਾ, ਲੋਕ ਇਹ ਦੇਖ ਕੇ ਆਉਂਦੇ ਨੇ ਕਿ ਇਹਨਾਂ ਦੀ ਗੱਲਾਂ ਸੱਚੀਆਂ ਨੇ ਜੀ।
जे तुहानूं देखो मेरी गल सुनो, असी ना कुछ भी कही जाइए पर लोगों को सच पता होंदा, लोगों को सच पता होंदा, लोगों को पता लग जाता भी ये बंदा कित्थों बोलता ते इहदे अंदर दे विच सही भाव की हैगा। असी जदों मोर्चा लाया सी तां असी कहा सी इत्थों असी दिल्ली नाल संवाद करांगे, गल करांगे। बहुत उस मोर्चे नूं ड्रा करन दी कोशिश की गई, साढ़िया लत्तां खिंचन की कोशिश की गई, साढ़े बहुत सारे साथी नखेड़ लए गए नाल। असी उहनां नूं भी हथ जोड़ के कहा कोई गल नहीं, तुसीं समझो अगर तुहानूं अगे जाके लगे कि असी सही हैगे तां साडे नाल दुबारा जुड़ जाओ। अज भी जे उह बंदे दुबारा आउण तां असी फिर उहनां नूं मतलब इस्तेमाल करांगे भी आओ जी, मोस्ट वेलकम, कोई चक्कर नहीं। क्योंकि लड़ाई असी नहीं लड़ सकते कल्ले, असी एक बहुत सारा इकट्ठ कर सकते हैं जिहड़ी इह लड़ाई नूं सिखर ते लिआउगी। उहनां चों जिहड़े नाम असी तुहानूं लए आ उहनां को भी बहुत चंगा काडर हैगा, उहनां दे बहुत वधिया कद ने पंजाबी सियासत विच, उहनां दे मूहरे इही अरजोई है जी कि तुसीं आओ जी, असीं तुहाडे लई लड़दे हां, असीं तुहाडे लई ग्राउंड ते काम करदे हां, तुसीं बणाओ नीतियां, बणाओ बैठदे हां, काम करदे हां। देवन साहब, कई बार एक ना एक सवाल अक्सर असीं देखदे हां सोशल मीडिया उत्ते, जद असीं वीडियोज़ पाउंदे हां शंभू मोर्चे दीआं, तां कई लोकां ने ना फोटोज़ वायरल कीतीआं होईआं ने, कहिंदे वी जिहड़े इह लीडर ने जिहड़े उत्ते संबोधन करदे ने मोर्चे दे उत्ते, क्योंकि उत्थे अधिकार है बई ने सब नूं दित्ता कि कोई वी उत्थे ओपनली उत्थे बोल सकदा, हरेक दा अधिकार है, पर कितना ना कितना लगता नहीं तुहानूं वी उत्थे कोई शरारती तत्त जिहड़े आपां कह दिंदे हां ਉਹ ਆ ਕੇ ਉੱਥੇ ਗਲਤ ਸੰਬੋਧਨ ਕਰਨ, ਜਿਹਦੇ ਨਾਲ ਸ਼ੰਭੂ ਮੋਰਚੇ ਦਾ ਜਿਹੜਾ ਨਾਮ ਹੈ ਉਹ ਖਰਾਬ ਹੋਣ ਦੀ ਇਮੇਜ ਬਣ ਸਕਦੀ ਹੈ? ਇੱਦਾਂ ਹੈਗਾ ਕਿ ਅਸੀਂ ਨਾ ਕੋਈ ਹੰਡੇ ਹੋਏ ਰਾਜਸੀ ਨੇਤਾ ਹੈ ਨਹੀਂ, ਅਤੇ ਸਾਡੇ ਕੋਲ ਵੀ ਗਲਤੀਆਂ ਹੋ ਜਾਂਦੀਆਂ ਨੇ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਵੀ ਜਿਹਨਾਂ ਦੇ ਦਾਗ ਨੇ ਉਹਨਾਂ ਨੂੰ ਨਾ ਬੁਲਾਇਆ ਜਾਵੇ, ਕੋਸ਼ਿਸ਼ ਕਰਦੇ ਹਾਂ। ਕਿਉਂਕਿ ਇੱਕ ਦੋ ਵਾਰ ਹੋਇਆ ਕਿ ਸਾਡੇ ਤੋਂ ਉੱਥੇ ਮੰਚ ਤੋਂ ਕੋਈ ਬੰਦੇ ਬੋਲ ਗਏ ਅਤੇ ਬਾਅਦ 'ਚ ਉਹਦਾ ਸੰਗਤ ਨੇ ਵਿਰੋਧ ਕੀਤਾ, ਠੀਕ ਹੈ, ਅਤੇ ਇੱਕ ਅੱਧੇ ਅਸੀਂ ਵੱਡੇ ਲੀਡਰ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੇ ਦੀ ਬਾਈ ਦੇ ਕਮੈਂਟ ਬਹੁਤ ਨੈਗੇਟਿਵ ਕੀਤੇ, ਤਾਂ ਅਸੀਂ ਉਹਨਾਂ ਦਾ ਸਮਝਿਆ ਕਿ ਵੀ ਇਹ ਬੰਦੇ ਇਹਨਾਂ ਨੂੰ ਨਹੀਂ ਦੇਖਣਾ ਚਾਹੁੰਦੇ। ਪਰ ਕੀ ਹੁੰਦਾ ਕਿ ਹੁਣ ਕਈ ਵਾਰ ਸਾਡੇ ਤੋਂ ਬਿਨਾਂ, ਜਿੱਦਾਂ ਹੁਣ ਅਸੀਂ ਇੱਥੇ ਹਾਂ, ਹੁਣ ਵੀ ਉੱਥੇ ਮੋਰਚਾ ਚੱਲ ਰਿਹਾ, ਅਤੇ ਉਸ ਟਾਈਮ 'ਤੇ ਆ ਕੇ ਕੋਈ ਬੋਲ ਜਾਵੇ, ਕੋਈ ਕਰ ਜਾਵੇ, ਤਾਂ ਉਹ ਬਹੁਤ ਸਾਰੀਆਂ ਚੀਜ਼ਾਂ ਅਜੇ ਅਨਕੰਟਰੋਲੇਬਲ ਹੈਗੀਆਂ ਨੇ। ਪਰ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਸਾਫ਼ ਸੁਥਰੇ ਬੰਦੇ ਨੇ, ਚੰਗੀ ਨਵੀਂ ਲੀਡਰਸ਼ਿਪ ਆ, ਨਵੇਂ ਬੰਦੇ ਨੇ, ਉਹੀ ਬੋਲਣ। ਬਾਕੀ ਤੁਹਾਨੂੰ ਪਤਾ ਜਦੋਂ ਮੋਰਚਾ ਲੱਗਿਆ ਤਾਂ ਬਹੁਤ ਸਾਰੇ ਮਤਲਬੀ ਬੰਦੇ ਵੀ ਆਉਂਦੇ ਨੇ, ਕੁਰਸੀ, ਮਾਈਕ ਅਤੇ ਆਡੀਅੰਸ ਸਭ ਨੂੰ ਹੀ ਚਾਹੀਦੀ ਆ। ਬਿਲਕੁਲ, ਹਾਂਜੀ। ਦੇਵਗਨ ਸਾਹਿਬ, ਕੀ ਲੱਗਦਾ ਹੁਣ ਕਿੰਨਾ ਕੁ ਲੰਬਾ ਸੰਘਰਸ਼ ਰਹਿ ਗਿਆ? ਸੰਘਰਸ਼ ਤਾਂ ਬਹੁਤ ਲੰਬਾ ਜੇ, ਸੰਘਰਸ਼ ਤਾਂ ਬਹੁਤ, ਲੜਾਈ ਬਹੁਤ ਲੰਬੀ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ, ਕਸ਼ਮੀਰ ਆਪਦੀ ਆਜ਼ਾਦੀ ਦੀ ਲੜਾਈ ਲੜ ਰਿਹਾ ਸੀ, ਆਜ਼ਾਦੀ ਲੜਾਈ ਲੜ ਰਿਹਾ ਸੀ, ਉਹ ਉਹਨਾਂ ਨੇ ਹਥਿਆਰਬੰਦ ਲੜਾਈ ਵੀ ਲੜੀ, ਉਹਨਾਂ ਨੇ ਦੂਸਰੇ ਤਰੀਕੇ ਨਾਲ ਵੀ ਲੜੀ। ਜਦੋਂ ਉਹ ਪੀਕ ਦੇ ਉੱਤੇ ਸੀ ਤਾਂ ਇਹਨਾਂ ਨੇ ਕੀ ਕੀਤਾ, ਧਾਰਾ 370 ਤੋੜਤੀ, ਉਹਨਾਂ ਦਾ 25-30 ਸਾਲ ਦਾ ਸੰਘਰਸ਼ ਖਤਮ ਕਰਤਾ। ਹੁਣ ਉਹ ਵਾਪਸ 370 ਬਹਾਲ ਕਰਨ ਲਈ ਲੜ ਰਹੇ ਨੇ, ਉਹਨਾਂ ਦੀ ਆਜ਼ਾਦੀ ਦੀ ਲੜਾਈ ਦੀ ਸੇਧ ਹੀ ਚੇਂਜ ਕਰ ਦਿੱਤੀ। ਉਹ ਹੁਣ ਉਹ ਆਪਦੀ ਸਿਰਫ ਉਸ ਬਹਾਲੀ ਲਈ ਲੜ ਰਹੇ ਨੇ ਕਿ 370, ਜਦੋਂ ਅਸੀਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਲੜ ਰਹੇ ਸੀ, ਅੱਜ ਤੋਂ ਕੁਛ ਸਮਾਂ ਪਹਿਲਾਂ ਕਿਸਾਨ ਜਥੇਬੰਦੀਆਂ ਲੜ ਰਹੀਆਂ ਸੀ, ਜਦੋਂ ਅਸੀਂ ਨਸ਼ਿਆਂ ਲਈ ਲੜ ਰਹੇ ਸੀ, ਜਦੋਂ ਅਸੀਂ ਪੰਜਾਬ ਦੇ ਪਾਣੀਆਂ ਲਈ ਲੜ ਰਹੇ ਸੀ, ਹੁਣ ਅਸੀਂ ਕਿਸ ਗੱਲ ਲਈ ਲੜ ਰਹੇ ਹਾਂ ਕਿ ਵਾਪਸ MSP ਲਾ ਦਿਓ। ਉਹ ਪਹਿਲਾਂ ਵੀ ਲਾਗੂ ਸੀ, ਸਿਰਫ ਅਸੀਂ ਉਸ MSP ਲਈ, ਇਕੱਲੀ MSP ਦੀ ਲੜਾਈ ਨਹੀਂ ਹੈਗੀ, ਲੜਾਈ ਸਾਡੇ ਹੋਂਦ ਦੀ ਆ। ਸਾਡੀ ਸਾਨੂੰ ਖਤਰਾ ਆ ਇਸ ਗੱਲ 'ਤੇ ਕਿ ਅਸੀਂ ਘੱਟ ਗਿਣਤੀ 'ਚ ਹਾਂ, ਸਾਡੇ ਉੱਤੇ ਉਹ ਕਰਨਗੇ। ਜਿਹੜੇ ਸੈਂਟਰ ਅਤੇ ਸਟੇਟ ਰਿਲੇਸ਼ਨਸ਼ਿਪ ਆ ਉਹ ਰੀਡਿਫਾਈਨ ਕਰਨ ਦੀ ਲੜਾਈ ਆ, ਉਹ ਹੋਣੀ ਚਾਹੀਦੀ। ਹਾਕਮ ਸਿੰਘ ਜੀ, ਮੈਂ ਇੱਕ ਸਵਾਲ ਪੁੱਛੂੰਗਾ ਕਿ ਇੱਕ ਚੀਜ਼, ਜਿਵੇਂ ਕੱਲ੍ਹ ਦੁਸ਼ਹਿਰਾ ਸੀਗਾ, ਕਈ ਕਿਸਾਨ ਤੁਹਾਡੇ ਵੀ ਕੋਲ ਵੀ ਵੀਡੀਓਜ਼ ਪਹੁੰਚੇ ਹੋਣਗੇ, ਜਿੱਥੇ ਵੀ ਜਿਹੜੇ ਪਹਿਲਾਂ ਕਹਿੰਦੇ ਸੀ ਵੀ ਦੁਸ਼ਹਿਰੇ 'ਤੇ ਐਤਕੀ ਮੋਦੀ ਦਾ ਪੁਤਲਾ ਫੂਕਣਾ ਆ, ਬੜੇ ਬੜੇ ਜਿਹੜੇ ਆਯੋਜਨ ਕੀਤੇ ਗਏ ਸੀ ਉੱਥੇ ਮੋਦੀ ਦਾ ਪੁਤਲਾ ਲਗਾਇਆ ਵੀ ਗਿਆ ਵਾ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਦੁਸ਼ਹਿਰੇ ਦੇ ਵਿੱਚ ਜਿਹੜਾ ਹੈਗਾ ਹਰ ਕਿਸੇ ਦਾ ਅਧਿਕਾਰ ਹੈ ਕਿ ਉਹ ਆਪਦਾ ਰੋਸ ਪ੍ਰਦਰਸ਼ਨ ਕਰਨਾ ਚਾਹੇ ਜਾਂ ਉਹਨੂੰ ਮਨਾਉਣਾ ਚਾਹੇ, ਅਤੇ ਬਹੁਤ ਸਾਰੇ ਕਿਸਾਨਾਂ ਨੇ ਇਹ ਮਹਿਸੂਸ ਕੀਤਾ ਕਿ ਹੁਣ ਤਿਉਹਾਰ ਨੂੰ ਖੁਸ਼ੀ ਦੇ ਨਾਲ ਮਨਾਉਣ ਦਾ ਸਮਾਂ ਨਹੀਂ ਹੈਗਾ। ਜਿਹੜੀਆਂ ਕੇਂਦਰ ਸਰਕਾਰ ਨੇ ਜਿਹੜੀਆਂ ਲੋਕ ਮਾਰੂ ਨੀਤੀਆਂ ਕੀਤੀਆਂ ਨੇ ਉਹਨਾਂ ਦੇ ਖਿਲਾਫ਼ ਜਿਹੜਾ ਗੁੱਸਾ ਸੀਗਾ ਕਿਸਾਨਾਂ ਦਾ, ਉਹ ਉਹਨਾਂ ਨੇ ਮੋਦੀ ਦੇ, ਅਮਿਤ ਸ਼ਾਹ ਦੇ, ਔਰ ਈਵਨ ਮੈਂ ਕਈ ਜਗ੍ਹਾ ਉੱਤੇ ਦੇਖਿਆ ਅੰਬਾਨੀ ਅਡਾਨੀ ਦੇ ਫੋਟੋਗ੍ਰਾਫ ਵੀ ਲਾਏ ਨੇ, ਬਾਦਲ ਦੇ ਔਰ ਅਮਰਿੰਦਰ ਦੇ ਫੋਟੋਗ੍ਰਾਫ ਵੀ ਨਾਲ ਲਾਏ ਨੇ, ਉਹ ਉਹਨਾਂ ਨੇ ਆਪਦਾ ਜਿਹੜਾ ਗੁੱਸੇ ਦਾ ਪ੍ਰਗਟਾਵਾ ਇਹਨਾਂ ਦੀਆਂ ਜਿਹੜੇ ਸਿਆਸੀ ਲੀਡਰ ਨੇ ਇਹਨਾਂ ਨੂੰ ਜਲਾ ਕੇ ਕੀਤਾ ਇਹਨਾਂ ਦੇ ਪੁਤਲੇ ਫੂਕ। ਚੰਗਾ ਲੱਗਾ ਗੱਲਬਾਤ ਕਰਕੇ, ਅਤੇ ਉਮੀਦ ਕਰਦੇ ਹਾਂ ਵੀ ਜਿਹੜੀ ਲੜਾਈ ਦੇ ਵਿੱਚ ਆਪਾਂ ਸਾਰੀ ਜਥੇਬੰਦੀਆਂ ਲੱਗੀਆਂ ਨੇ, ਤੁਹਾਡੇ ਨਾਲ ਲੋਕ ਮੋਢੇ ਨਾਲ ਮੋਢਾ ਲਾ ਕੇ ਤੁਰ ਰਹੇ ਨੇ, ਜਲਦੀ ਇਸ ਦੇ ਵਿੱਚ ਸਫਲਤਾ ਪ੍ਰਾਪਤ ਕਰੋਗੇ। ਚੰਗਾ ਲੱਗਿਆ ਬਾਈ ਗੱਲ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਤੁਹਾਡੇ ਥਰੂ ਸਾਰੇ ਮੀਡੀਆ ਨੂੰ ਇਹ ਅਪੀਲ ਕਰਦਾ ਵਾਂ ਕਿ ਤੁਸੀਂ ਵੀ ਆਓ, ਤੁਸੀਂ ਵੀ ਸਾਨੂੰ ਸੁਝਾਅ ਦਿਓ, ਕਿਉਂਕਿ ਮੀਡੀਆ ਡੈਮੋਕ੍ਰੇਸੀ ਦਾ ਫੋਰਥ ਪਿੱਲਰ ਹੈ, ਇਹਦੇ ਤੋਂ ਬਿਨਾਂ ਕੋਈ ਵੀ ਗੱਲ ਜਿਹੜੀ ਉਹ ਨਹੀਂ ਪਹੁੰਚ ਸਕਦੀ। ਔਰ ਈਵਨ ਸਾਨੂੰ ਇੰਨੀ ਜ਼ਿਆਦਾ ਮੀਡੀਆ ਦੀ ਇਸ ਵਕਤ ਜ਼ਰੂਰਤ ਹੈਗੀ ਹੈ ਕਿ ਜਿਹੜਾ ਨੈਸ਼ਨਲ ਮੀਡੀਆ ਹੈ ਉਹ ਇੱਕ ਪ੍ਰੋਪੋਗੰਡੇ ਦੇ ਤਹਿਤ ਚੱਲ ਰਿਹਾ, ਉਹ ਸਿਰਫ ਔਰ ਸਿਰਫ ਉਹ ਖਬਰਾਂ ਦਿਖਾਈਆਂ ਜਾ ਰਹੀਆਂ ਹੈਗੀਆਂ ਨੇ ਜਿਨ੍ਹਾਂ ਦਾ ਅਸਲ ਜ਼ਿੰਦਗੀ ਨੂੰ ਲੈ ਕੇ ਕੋਈ ਮਤਲਬ ਨਹੀਂ ਹੈਗਾ, ਮੁੱਦੇ ਉਹਨਾਂ ਦੇ ਵਿੱਚੋਂ ਗਾਇਬ ਕਰ ਦਿੱਤੇ ਜਾਂਦੇ ਨੇ। ਔਰ ਮੈਂ ਵੀ ਮੀਡੀਆ ਨੂੰ ਇਹ ਗੱਲ ਕਹਾਂਗਾ ਕਿ ਤੁਸੀਂ ਸਾਰੇ ਤੋਂ ਸਾਰੇ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਚੀਜ਼ਾਂ ਨੂੰ ਕਵਰੇਜ ਕਰੋ ਔਰ ਮੁੱਦਿਆਂ ਦੀ ਜਿਹੜੀ ਰਾਜਨੀਤੀ ਹੈ ਉਹਦੇ ਉੱਤੇ ਗੱਲ ਹੋਵੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਸੋ ਦੋਸਤੋ, ਇਹ ਸੀਗੀ ਸ਼ੰਭੂ ਮੋਰਚੇ ਦੀ ਸਾਰੀ ਟੀਮ, ਜੋ ਕਿ ਜਿਨ੍ਹਾਂ ਨੇ ਦੱਸਿਆ ਕਿ ਜਿਹੜਾ ਮੋਰਚਾ ਕਾਫੀ ਲੰਬਾ ਚੱਲੂਗਾ ਹਲੇ, ਪਰ ਲੋੜ ਹੈ
संघर्ष नूं तिखा करन दी लोड़ है, अपने जज्बियां नूं तिखा करन दी उम्मीद करदे आं। जिहड़े हौसले दे नाल इह लगे होए ने, सारी जथेबंदियां नाल रलियां होईयां ने, सारे लोग किसान वख वख पिंडां तों आ के एक हौसले दे नाल एक उम्मीद दे नाल जिहड़े इहनां नाल जुड़े ने, इह जल्द तों जल्द इस चीज़ दा कोई सिट्टा इस चीज़ ते सफलता प्राप्त करनगे।